ਜਲਾਲਾਬਾਦ ਵਿੱਚ ਜ਼ਿਮਨੀ ਚੋਣਾਂ ਦੇ ਲਈ ਕੁੱਲ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ, ਜਿਸ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਉਤਰੇ ਹਨ। ਉੱਥੇ ਹੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਰਾਮ ਸਿੰਘ ਦਾ ਨਾਮਜ਼ਦਗੀ ਪੱਤਰ ਭਰਵਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਪੁੱਜੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦਾ ਫਾਰਮ ਭਰਵਾਉਣ ਦੇ ਲਈ ਪ੍ਰੋਫੈਸਰ ਸਾਧੂ ਸਿੰਘ ਅਤੇ ਫਰੀਦਕੋਟ ਦੇ ਵਿਧਾਇਕ ਅਤੇ ਹੋਰ ਵਰਕਰ ਪੁੱਜੇ। ਜੋ ਮੈਡੀਕਲ ਪ੍ਰੈਕਟੀਸ਼ਨਰ ਹੈ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਅਤੇ ਮੈਨੂੰ ਪੂਰੀ ਆਸ ਹੈ ਕਿ ਸਾਰੇ ਵਰਕਰ ਦਿਨ ਰਾਤ ਮਿਹਨਤ ਕਰਕੇ ਇੱਕ ਰਿਕਾਰਡ ਜਿੱਤ ਕਰਾਉਣਗੇ। ਮੈਂ ਕਾਂਗਰਸ ਦੀ ਚੀਜ਼ਾਂ 'ਤੇ ਹੈਰਾਨ ਹੈ। ਤੁਸੀਂ ਦੇਖੋ ਉਹਨਾਂ ਕੋਲ ਕੋਈ ਇੱਥੋਂ ਬੰਦਾ ਨਹੀਂ ਲੱਭਿਆ। ਦੂਜੀ ਗੱਲ, ਤੁਸੀਂ ਦਾਖਾ ਵੀ ਜਾ ਕੇ ਦੇਖੋ, ਸੰਦੀਪ ਸੰਧੂ ਦੇ ਦੀ ਜਿਹਦਾ ਕੋਈ ਲੈਣਾ ਦੇਣਾ ਵੀ ਹਲਕੇ 'ਚ, ਮੈਨੂੰ ਲੱਗਦਾ ਉਹਨਾਂ ਦੀ ਫਰਸਟ ਪਹਿਲੀ ਹਾਰ ਮੰਨੀ ਬੈਠੀ ਹੈ। ਮੈਨੂੰ ਲੱਗਦਾ ਕਿਉਂਕਿ ਮੁੱਖ ਮੰਤਰੀ ਦੀ ਹਿੰਮਤ ਹੀ ਨਹੀਂ ਹੋਈ ਆਪਣੇ ਉਮੀਦਵਾਰ ਦੇ ਕਾਗਜ਼ ਦਾਖਲ ਕਰਨ ਵਾਸਤੇ ਵੀ ਨਹੀਂ ਆ ਸਕੇ ਆ। ਇੰਨੀ ਸੀਰੀਅਸਨੈਸ ਉਹਨਾਂ ਦਿਖਦੀ ਹੈ ਕਿ ਨੋਨ ਸੀਰੀਅਸ ਮੁੱਖ ਮੰਤਰੀ ਹੈ, ਇਹਨੂੰ ਪ੍ਰਵਾਹ ਨਹੀਂ, ਜਿੱਤਣਗੇ ਹਾਰਨਗੇ ਕੈਪਟਨ ਨੂੰ ਕੋਈ ਫਿਕਰ ਨਹੀਂ, ਉਹਨੇ ਤਾਂ ਆਪਣਾ ਦਾਅ ਲਾ ਕੇ ਠੱਗੀ ਮਾਰ ਕੇ ਸਰਕਾਰ ਬਣਾ ਲਈ, ਹੁਣ ਤੱਕ ਕਾਂਗਰਸ ਹੀ ਲੁੱਟਣ 'ਤੇ ਲੱਗੇ ਆ। ਪਰ ਬਾਈ ਇਲੈਕਸ਼ਨ ਦੇ ਵਿੱਚ ਲੋਕ ਪੰਜਾਬ ਦੀ ਲੋਕੀ ਇਹਨੂੰ ਸਬਕ ਸਿਖਾਉਣਗੇ। ਮੈਂ ਉਹੀ ਕਹਿ ਰਿਹਾ ਕਿ ਕੈਪਟਨ ਸਾਹਿਬ ਨੇ ਜਿਹੜਾ ਨੌਕਰੀ ਮਿਲੀ ਸੀ ਉਹਨਾਂ ਨੂੰ ਵੇਰ ਕਰ ਦਿੱਤਾ। ਜੋ ਡਿਵੈਲਪਮੈਂਟ ਜਲਾਲਾਬਾਦ ਹਲਕੇ 'ਚ ਹੋਈ ਉਹਦੇ ਮੁਕਾਬਲਾ ਕੋਈ ਨਹੀਂ। ਰਾਜਵਣ ਦੀ ਫਾਂਸੀ ਸਜ਼ਾ ਨੂੰ ਲੈ ਕੇ ਸਵਾਲ ਉਠਾ ਰਹੀ ਹੈ ਕਾਂਗਰਸ, ਕਹਿ ਰਹੀ ਹੈ ਕਿ ਉਹ ਨਹੀਂ ਬਾਹਰ ਹੋਣਾ ਚਾਹੀਦਾ, ਕੱਲ੍ਹ ਨੂੰ ਉਹ ਰਿਹਾ ਵੀ ਹੋਊਗਾ। ਮੈਂ ਤੁਹਾਨੂੰ ਇੱਕ ਕਰਨਾ ਚਾਹੁੰਦਾ, ਆਹ ਇੱਕ ਹਿਊਮੈਨੀਟੇਰੀਅਨ ਗਰਾਊਂਡ ਹੈ। ਜਿਹੜੇ ਇਨਸਾਨ ਨੇ ਆਪਣੀ ਸਜ਼ਾ ਕੱਟ ਲਈ ਹੈ, ਜਿਹੜੇ ਸਜ਼ਾ ਹੀ ਕੱਟ ਲਈ ਹੈ, ਜੇ ਕਿਸੇ ਨੂੰ ਉਮਰ ਕਿਸੇ ਕਤਲ ਕੀਤਾ ਸਜ਼ਾ ਹੋ ਗਈ, ਜੇ ਉਹ 20 ਸਾਲ ਕੱਟ ਲਏ ਉਹਨੂੰ ਕੌਣ ਰੱਖਣ ਵਾਸਤੇ, ਜੇ ਰਿਹਾ ਕਰਨ ਵਾਸਤੇ ਕੋਈ ਮਾੜੀ ਗੱਲ? ਆਹ ਕਾਂਗਰਸ ਦੀ ਨੀਤੀ ਰਹੀ ਹੈ। ਆਹ ਤਾਂ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਜੋ ਲਗਾਤਾਰ ਬਾਦਲ ਸਾਹਿਬ ਨੇ ਲੜਾਈ ਲੜੀ, ਆਪਣੇ ਜੋ ਚੀਫ ਮਿਨਿਸਟਰ ਸੀ ਉਦੋਂ ਵੀ ਲਗਾਤਾਰ ਮੰਤਰੀ ਨਾਲ ਸਾਰਿਆਂ ਨਾਲ ਮਿਲ ਕੇ, ਅਤੇ ਅੱਜ ਜੋ ਕਾਫੀ ਕੁਛ ਕੌਮ ਦੀ ਜੋ ਗੱਲ ਸੀ ਕਿ ਜਿਹੜੇ ਲੋਕ ਇਮੋਸ਼ਨਲ ਹੋ ਕੇ ਉਸ ਟਾਈਮ ਸਮਾਂ ਇਹੋ ਜਿਹਾ ਸੀ ਜਦੋਂ ਗਾਂਧੀ ਪਰਿਵਾਰ ਨੇ ਦਰਬਾਰ ਸਾਹਿਬ 'ਤੇ ਟੈਂਕਾਂ ਤੋਂ ਪਣ ਹਮਲਾ ਕੀਤਾ, ਸੋ ਲੋਕ ਇਮੋਸ਼ਨਲ ਹੋ ਗਏ ਸੀ। ਚਲੋ ਉਹਨਾਂ ਤੋਂ ਕੁਛ ਗਲਤੀਆਂ ਹੋ ਗਈਆਂ ਤਾਂ ਉਹਨਾਂ ਨੇ ਸਜ਼ਾ ਭੁਗਤ ਲੀਆਂ, ਹੁਣ ਜਿਹੜੀ ਭੁਗਤ ਲੀਆਂ ਤਾਂ ਉਹਨਾਂ ਨੂੰ ਛੱਡਣਾ ਹਿਊਮੈਨਿਟੀ ਅਕਾਊਂਟ। ਸਰ ਅਕਾਲੀ ਅਤੇ ਬੀਜੇਪੀ ਦੇ ਰਿਸ਼ਤੇ ਆਪਸ ਵਿੱਚ ਮਨਪਠਾਪ ਚੱਲਦੇ, ਕੀ ਕਾਰਨ ਕੀ ਹੈ? ਕੋਈ ਮਨਪਰਾ ਨਹੀਂ, ਬਿਲਕੁਲ ਠੇਟਾ ਕੰਮ, ਠੇਟਾ ਕੰਮ। ਉਮੀਦਵਾਰ ਸਰਦਾਰ ਮਹਿੰਦਰ ਸਿੰਘ ਕਚੂਰਾ ਜੀ ਆਪਣੇ ਨੋਮੀਨੇਸ਼ਨ ਫਾਰਮ ਜਿਹੜੇ ਕਾਗਜ਼ ਨੇ ਦਾਖਲ ਕਰਨ ਵਾਸਤੇ ਆਏ ਆ, ਉਹਨਾਂ ਦੇ ਨਾਲ ਸਰਦਾਰ ਕੁਲਤਾਰ ਸਿੰਘ MLA ਕੋਟਕਪੂਰਾ ਅਤੇ ਨਾਲ ਸਾਰੀ ਟੀਮ ਸਰਦਾਰ ਗੁਰਦਿੱਤ ਸਿੰਘ ਸੇਖੋਂ ਜਿਹੜੇ ਆਮ ਆਦਮੀ ਪਾਰਟੀ ਦੇ ਜ਼ੋਨ 2 ਦੇ ਕਨਵੀਨਰ ਨੇ, ਔਰ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਨੇ, ਸਾਰੇ ਹੀ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਇੱਥੇ ਆਈ ਹੈ। ਆਮ ਆਦਮੀ ਪਾਰਟੀ ਇੱਕ ਸੰਦੇਸ਼ ਲੈ ਕੇ ਆਈ ਹੈ ਕਿ ਸਾਡੇ ਭਾਰਤ ਵਿੱਚ, ਸਾਡੇ ਪੰਜਾਬ ਵਿੱਚ ਆਮ ਆਦਮੀ ਦੇ ਨਾਲ ਜੋ ਵਤੀਰਾ ਹੋ ਰਿਹਾ, ਆਮ ਆਦਮੀ ਨੂੰ ਜੋ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ, ਉਹਨਾਂ ਦੀ ਖਾਤਰ ਲੜੇਗੀ। ਅਤੇ ਆਮ ਆਦਮੀ ਪਾਰਟੀ ਆਮ ਆਦਮੀ ਦੀਆਂ ਦੁੱਖ ਸੁੱਖਾਂ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੰਮਕਾਰ ਸਰਕਾਰੇ ਦਰਬਾਰੇ ਲੋਕਾਂ ਦੇ ਵਿੱਚ ਉਹ ਕਰਾਉਣ ਲਈ ਅੱਗੇ ਜਾਏਗੀ। ਮਹਿੰਦਰ ਸਿੰਘ ਕਚੂਰਾ ਇੱਥੋਂ ਦੇ ਲੀਡਰ ਹੋਣਗੇ, ਅਸੀਂ ਉਹਨਾਂ ਦੇ ਨਾਲ ਹੋਵਾਂਗੇ, ਹਰ ਹਾਲਤ ਵਿੱਚ ਉਹਨਾਂ ਦਾ ਸਾਥ ਦੇਵਾਂਗੇ। ਅਤੇ ਇਸ ਇਲਾਕੇ ਨੂੰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਮਹਿੰਦਰ ਸਿੰਘ ਕਚੂਰਾ ਦਾ ਸਾਥ ਦੇਣ, ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ, ਕਿਸਾਨਾਂ ਦੀ ਪਾਰਟੀ ਹੈ, ਮਜ਼ਦੂਰਾਂ ਦੀ ਪਾਰਟੀ ਹੈ, ਮੁਲਾਜ਼ਮਾਂ ਦੀ ਪਾਰਟੀ ਹੈ, ਇਹ ਬੁੱਧੀਜੀਵੀ ਲੋਕ ਨੇ ਜਿਹੜੇ ਉਹਨਾਂ ਦੀ ਪਾਰਟੀ ਹੈ। ਇਸ ਲਈ ਜੇ ਅਸੀਂ ਅੱਜ ਜੋ ਦੇਸ਼ ਦੇ ਵਿੱਚ ਹਾਲਤਾਂ ਖਰਾਬ ਹੋਈਆਂ ਨੇ ਇਹਨੂੰ ਠੀਕ ਕਰਨਾ, ਤਾਂ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਮਹਿੰਦਰ ਸਿੰਘ ਕਚੂਰਾ ਨੂੰ ਵਿਧਾਨ ਸਭਾ ਦੇ ਵਿੱਚ ਭੇਜੀਏ। ਦੇਖੋ ਜੀ, ਕੋਈ ਵੱਡੀ ਚੁਣੌਤੀ ਨਹੀਂ ਜੀ, ਥੋੜ੍ਹਾ ਜਿਹਾ ਬਲੈਕ ਗੱਲ ਰਹੀ ਜੀ, ਸਾਡੇ ਮੁੱਦੇ ਉਹੀ ਹੈ, ਗੱਲਾਂ ਉਹੀ ਹੈ, ਸਾਡੇ ਆਮ ਘਰਾਂ ਦੀਆਂ ਗੱਲਾਂ ਹੈ ਜੀ। ਬਾਕੀ ਲੋਕਾਂ ਦੇ ਸਾਹਮਣੇ ਚਿਹਰਾ ਨੰਗਾ ਹੋ ਚੁੱਕਿਆ ਹੈ, ਜਿਹੜੇ ਕੈਪਟਨ ਅਮਰਿੰਦਰ ਅਤੇ ਸੁਖਬੀਰ ਬਾਦਲ ਹੈ, ਪ੍ਰਕਾਸ਼ ਸਿੰਘ ਬਾਦਲ ਹੈ, ਆਪਸ 'ਚ ਰਲ ਕੇ ਗੇਮ ਖੇਡਦੇ ਆ, ਦੋਵੇਂ ਆਪਸ 'ਚ ਉਹ ਖਿਚੜੀ ਹੈ। ਅੱਜ 2.5 ਸਾਲ ਬੀਤ ਚੁੱਕੇ ਆ, ਲੋਕ ਮੁੱਦੇ ਜਿਹੜੇ ਇਹਨਾਂ ਨੇ 160 ਤੋਂ ਉੱਪਰ ਵਾਅਦੇ ਕੀਤੇ ਸੀਗੇ ਉਹ ਉੱਥੇ ਉਵੇਂ ਦੇ ਉਵੇਂ ਬਰਕਰਾਰ ਨੇ।
ਅਸੀਂ ਲੋਕਾਂ 'ਚ ਜਾ ਰਹੇ ਹਾਂ, ਬਹੁਤ ਵਧੀਆ ਰਿਸਪੋਂਸ ਹੈ ਲੋਕਾਂ ਦਾ। ਲੋਕ ਇਸ ਟਾਈਮ ਚਾਹੁੰਦੇ ਆਮ ਆਦਮੀ ਪਾਰਟੀ ਅੱਗੇ ਆਵੇ ਅਤੇ ਇਹ ਲੋਕਾਂ ਦੀ ਸੇਵਾ ਕਰੇ। ਅੱਜ ਨੋਮੀਨੇਸ਼ਨਸ ਦਾ ਆਖਰੀ ਦਿਨ ਹੈ, 1:45 ਤੱਕ ਹੁਣ ਤੱਕ 9 ਨੋਮੀਨੇਸ਼ਨਸ ਜੋ ਫਾਈਲ ਹੋ ਚੁੱਕੇ ਨੇ ਅਤੇ ਇਸ ਵਿੱਚ ਆਮ ਆਦਮੀ ਪਾਰਟੀ ਵੱਲੋਂ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਆਜ਼ਾਦ ਉਮੀਦਵਾਰ ਵਜੋਂ ਕੈਂਡੀਡੇਟਸ ਜੋ ਸਾਡੇ ਕੋਲ ਅਜੇ ਨਾਮਜ਼ਦਗੀਆਂ ਦੇ ਕੇ ਗਏ ਨੇ। ਇਸ ਤੋਂ ਇਲਾਵਾ ਜੋ ਪਾਰਟੀਜ਼ ਨੇ ਉਹਨਾਂ ਦੇ ਨਾਲ ਕਵਰਿੰਗ ਕੈਂਡੀਡੇਟਸ ਦੀਆਂ ਵੀ ਫਾਈਲਾਂ ਨਾਲ ਨਹੀਂ, ਸਾਰੇ ਨੋਮੀਨੇਸ਼ਨਸ ਜੋ ਸਾਡੇ ਕੋਲ ਅਜੇ ਤੱਕ ਪਹੁੰਚੇ ਨੇ ਸਾਰੇ ਜਿਹੜੇ ਕੰਪਲੀਟ ਨੇ, ਸਾਰੀਆਂ ਰਿਸਪੈਕਟਸ ਦੇ ਵਿੱਚ ਪ੍ਰੀਲਿਮੀਨਰੀ ਚੈੱਕ ਅਸੀਂ ਕਰ ਲਿਆ ਅਤੇ ਇਸ ਤੋਂ ਬਾਅਦ ਜੋ ਹੈ ਇਸ ਦੀ ਡਿਟੇਲ ਦੇ ਵਿੱਚ ਕੱਲ੍ਹ ਸਕਰੂਟਨੀ ਅਤੇ ਨਾਮਜ਼ਦਗੀਆਂ ਦੀ ਵਾਪਸ ਲੈਣ ਦੀ ਜੋ ਮਿਤੀ ਹੈ ਉਹ 3 ਤਰੀਕ ਹੈ ਅਤੇ ਜ਼ਿਆਦਾ ਡਿਟੇਲ ਦੇ ਵਿੱਚ ਤਾਂ ਉਸ ਤੋਂ ਬਾਅਦ ਹੀ ਕਿਹਾ ਜਾ ਸਕਦਾ। ਟੋਟਲ ਸਰ ਹੁਣ ਤੱਕ ਕਿੰਨੇ ਹੋ ਚੁੱਕੇ ਨੇ? ਹੁਣ ਤੱਕ 9 ਨੋਮੀਨੇਸ਼ਨ ਫਾਈਲ ਹੋ ਚੁੱਕੇ।